ਸਤਿ ਸ੍ਰੀ ਅਕਾਲ। ਅੱਜ ਅਸੀਂ ਪੰਜਾਬੀ ਪੁਸਤਕ ਪੰਜਵੀਂ ਜਮਾਤ ਵਿੱਚੋਂ ਪਾਠ ਨੰਬਰ 4 ਕਿੱਕਲੀ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਕਿੱਕਲੀ। ਕਿੱਕਲੀ ਪੰਜਾਬ ਦੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਸ ਵਿੱਚ ਦੋ ਦੋ ਕੁੜੀਆਂ ਜੁੱਟ ਬਣਾ ਕੇ ਨੱਚਦੀਆਂ ਹਨ। ਦੋ ਕੁੜੀਆਂ ਆਮੋ ਸਾਹਮਣੇ ਖਲੋ ਕੇ ਇੱਕ ਦੂਜੇ ਦੇ ਹੱਥ ਫੜ ਕੇ ਕੰਘੀਆਂ ਪਾ ਲੈਂਦੀਆਂ ਹਨ। ਫਿਰ ਉਹ ਆਪਣੀਆਂ ਅੱਡੀਆਂ ਜੋੜ ਕੇ ਇੱਕ ਦੂਜੇ ਦੇ ਪੈਰਾਂ ਦੀਆਂ ਉਂਗਲੀਆਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਖਿੱਚ ਕੇ ਆਪਣੇ ਪੈਰਾਂ ਉੱਪਰ ਚੱਕਰ ਝੁੰਡੇ ਵਾਂਗ ਘੁੰਮਦੀਆਂ ਹਨ। ਗੇੜੇ ਦੀ ਚਾਲ ਨਾਲ ਉਹ ਕਿੱਕਲੀ ਦੇ ਗੀਤ ਗਾਉਂਦੀਆਂ ਹਨ। ਕਿਹੜੇ ਗੀਤ ਗਾਉਂਦੀਆਂ ਹਨ? ਕਿੱਕਲਿਕ ਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਭਰ ਜਾਈਦਾ, ਸੋਹਣਾ ਮੂੰਹ ਜਵਾਈਦਾ, ਗਈ ਸਾਂ ਮੈਂ ਗੰਗਾ ਚੜਾ ਲਿਆਈ ਵੰਗਾ, ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ, ਨੀ ਮੈਂ ਐਸ ਕਿੱਲੀ ਟੰਗਾ, ਨੀ ਮੈਂ ਔਸ ਕਿੱਲੀ ਟੰਗਾ। ਕਿੱਕਲੀ ਦੇ ਗੀਤਾਂ ਵਿੱਚ ਭੈਣ ਦਾ ਵੀਰ ਪਿਆਰ ਹੀ ਵਧੇਰੇ ਪ੍ਰਗਟ ਹੋਇਆ ਹੈ। ਭੈਣ ਦੇ ਦਿਲ ਵਿੱਚ ਆਪਣੇ ਵੀਰ ਲਈ ਕਿੰਨਾ ਚਾਅ ਹੈ। ਵੀਰ ਦੀ ਨਵੀਂ ਵਿਆਹੀ ਵੋਟੀ ਘਰ ਆਉਂਦੀ ਹੈ, ਨਿੱਕੀ ਭੈਣ ਦਾ ਚਾਅ ਝੱਲਿਆ ਨਹੀਂ ਜਾਂਦਾ। ਉਹ ਗਾਉਂਦੀ ਹੈ, ਕਿੱਕਲਿਕ ਲੀਰ ਦੀ ਪੱਗ ਮੇਰੇ ਵੀਰ ਦੀ, ਵੀਰ ਮੇਰਾ ਜਾਵੇਗਾ ਭਾਬੋ ਨੂੰ ਲਿਆਵੇਗਾ, ਸਹੇਲੀਆਂ ਸਦਾਵਾਂਗੀ ਨੱਚਾਂ ਤੇ ਗਾਵਾਂਗੀ, ਜੰਝ ਚੜੀ ਵੀਰ ਦੀ ਕਿੱਕਲਿਕ ਲੀਰ ਦੀ। ਵੀਰਾਂ ਬਾਰੇ ਇੱਕ ਹੋਰ ਗੀਤ ਬਹੁਤ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਹੇਠ ਵਗੇ ਦਰਿਆ ਉੱਤੇ ਮੈਂ ਖੜੀ, ਮੇਰੇ ਵੀਰ ਨੇ ਲਾਇਆ ਬਾਗ, ਖਿੜ ਪਈ ਚੰਬਾ ਕਲੀ, ਚੰਬਾ ਕਲੀ ਨਾ ਤੋੜ, ਵੀਰਾ ਮੇਰਾ ਮਾਰੇਗਾ, ਮੇਰਾ ਵੀਰਾ ਵੱਡਾ ਸਰਦਾਰ ਬਹਿੰਦਾ ਕੁਰਸੀ ਤੇ। ਕਿੱਕਲੀ ਦੇ ਗੀਤਾਂ ਨੂੰ ਗਾਉਣ ਦਾ ਇੱਕ ਹੋਰ ਵੱਡਾ ਢੰਗ ਵੀ ਹੈ। ਕੁੜੀਆਂ ਧਰਤੀ ਤੇ ਬੈਠ ਕੇ ਜਾਂ ਖਲੋ ਕੇ ਇੱਕ ਦੂਜੇ ਦੇ ਹੱਥਾਂ ਤੇ ਤਾੜੀਆਂ ਮਾਰ ਕੇ ਤਾੜੀਆਂ ਦੀ ਤਾਲ ਨਾਲ ਗੀਤ ਦੇ ਬੋਲ ਬੋਲਦੀਆਂ ਹਨ ਤੇ ਆਖਰੀ ਟੱਪੇ ਤੇ ਕਿੱਕਲੀਆਂ ਪਾਉਂਦੀਆਂ ਹੋਈਆਂ ਦੁਹਰਾਉਂਦੀਆਂ ਹਨ, ਤੋਤੜਿਆ 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 ਮੈਂ ਤੋਤੜਿਆ, ਤੋਤਾ ਹੈ ਸਿਕੰਦਰ ਦਾ ਪਾਣੀ ਪੀਵੇ ਮੰਦਰ ਦਾ, ਦੀਵਾ ਵੇਖੇ ਲਹਿਰੇ ਦਾ ਕੰਮ ਕਰੇ ਦੁਪਹਿਰੇ ਦਾ, ਕਾਕੜਾ ਖਿਡਾਉਂਦੀਆਂ ਚਾਰ ਛੱਲੇ ਪਾਉਂਦੀਆਂ, ਖੋਲ ਮਾਸੀ ਕੁੰਡਾ ਜੀਵੇ ਤੇਰਾ ਮੁੰਡਾ। ਇੱਕ ਹੋਰ ਗੀਤ ਵਿੱਚ ਭੈਣ ਆਪਣੇ ਛੋਟੇ ਭਰਾ ਨੂੰ ਸਾਂਝੀ ਥਾਂ ਤੋਂ ਟਾਲੀ ਦੇ ਰੁੱਖ ਵੱਢਣੋਂ ਰੋਕਦੀ ਹੈ। ਉੱਚੇ ਟਿੱਬੇ ਮੈਂ ਆਟਾ ਗੁਣਦੀ, ਆਟੇ ਤੇ ਆ ਗਈ ਲਾਲੀ, ਵੀਰਾ ਨਾ ਵੱਢਵੇ ਸ਼ਾਮ ਲਾਟ ਦੀ ਟਾਲੀ, ਵੀਰਾ ਨਾ ਵੱਢਵੇ। ਕਿੱਕਲੀ ਦਾ ਇੱਕ ਹੋਰ ਗੀਤ ਇਸੇ ਤਰ੍ਹਾਂ ਹੈ, ਛੀ ਛਾਂ ਜੀਵੇ ਮਾਂ, ਖੱਖੜੀਆਂ ਖਰਬੂਜੇ ਖਾਂ, ਖਾਂਦੀ ਖਾਂਦੀ ਕਾਬਲ ਜਾ, ਗੋਰੀ ਗਾਂ ਗੁਲਾਬੀ ਬੱਚਾ, ਮਾਰੇ ਸਿੰਘ ਤੁੜਾਵੇ ਰੱਸਾ। ਹਾਸਿਆਂ ਤਮਾਸ਼ਿਆਂ ਭਰੇ ਬੋਲਾਂ ਨਾਲ ਕਿੱਕਲੀ ਪਾਉਂਦੀਆਂ ਕੁੜੀਆਂ ਇੱਕ ਰੰਗ ਬੰਨ ਦਿੰਦੀਆਂ ਹਨ। ਕਿੱਕਲਿਕ ਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੀ ਭੈਣ ਦਾ, ਘੱਗਰਾ ਭਰੈਣ ਦਾ, ਲੈ ਮਾਮਾ ਪੀੜੀ ਪੰਬਾ ਪੰਬੀਰੀ ਦਾ, ਵੇਖ ਤਮਾਸ਼ਾ ਕੀੜੀ ਦਾ। ਹੁਣ ਅਸੀਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ, ਜਿਵੇਂ ਕੰਘੀਆਂ ਪਾਉਣਾ। ਕੰਘੀਆਂ ਪਾਉਣ ਦਾ ਅਰਥ ਹੁੰਦਾ ਹੈ ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਆਪਸ ਵਿੱਚ ਫਸਾ ਲੈਣਾ। ਬਿਆਨ ਕੀਤਾ, ਵਰਣਨ ਕੀਤਾ, ਵਿਆਖਿਆ ਕੀਤੀ। ਚੱਕਰ ਝੁੰਡਾ, ਇਸਦਾ ਅਰਥ ਹੈ ਇੱਕ ਝੂਲਾ ਜਿਸ ਦੇ ਦੋਹਾਂ ਸਿਰਿਆਂ ਤੇ ਬੈਠ ਕੇ, ਜਾਂ ਫਿਰ ਇੱਕ ਖਿਡੌਣਾ ਜੋ ਦਸਤੇ ਤੋਂ ਫੜ ਕੇ ਘੁਮਾਈਦਾ ਹੈ। ਹੁਣ ਅਸੀਂ ਇਸੇ ਪਾਠ ਨਾਲ ਜੁੜੇ ਪ੍ਰਸ਼ਨ ਉੱਤਰ ਕਰਾਂਗੇ। ਪਾਠ ਅਭਿਆਸ। ਸਭ ਤੋਂ ਪਹਿਲਾਂ ਖਾਲੀ ਸਥਾਨ ਭਰੋ। ਹੇਠਾਂ ਦਿੱਤੇ ਗਏ ਵਾਕਾਂ ਵਿੱਚ ਖਾਲੀ ਥਾਂ ਦਿੱਤਾ ਗਿਆ ਹੈ, ਉਸਨੂੰ ਭਰਨਾ ਹੈ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਊੜਾ ਕਿੱਕਲੀ ਡੈਸ਼ ਦੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਹ ਅਸੀਂ ਹੁਣੇ ਹੀ ਪੜ੍ਹਿਆ ਸੀ, ਕਿੱਕਲੀ ਡੈਸ਼ ਦੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇੱਥੇ ਆਵੇਗਾ ਪੰਜਾਬ, ਪੰਜਾਬ ਦੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਐੜਾ, ਕਿੱਕਲੀ ਦੇ ਗੀਤਾਂ ਵਿੱਚ ਭੈਣ ਦਾ ਡੈਸ਼ ਹੀ ਵਧੇਰੇ ਪ੍ਰਗਟ ਹੋਇਆ ਹੈ, ਭੈਣ ਦਾ ਵੀਰ ਪਿਆਰ ਹੀ ਵਧੇਰੇ ਪ੍ਰਗਟ ਹੋਇਆ ਹੈ। ਈੜੀ, ਕਿੱਕਲੀ ਕਲੀਰ ਦੀ ਡੈਸ਼ ਮੇਰੇ ਵੀਰ ਦੀ, ਇਹ ਬੜਾ ਸੌਖਾ ਹੈ, ਪੱਗ ਮੇਰੇ ਵੀਰ ਦੀ। ਸੱਸਾ,
ਕਿੱਕਲੀ ਪਾਉਂਦੀਆਂ ਕੁੜੀਆਂ ਡੈਸ਼ ਵਾਂਗ ਘੁੰਮਦੀਆਂ ਹਨ। ਇਹ ਅਸੀਂ ਉਹਨੇ ਪੜ੍ਹਿਆ ਸੀ ਕਿ ਸਵਾਂਗ ਘੁੰਮਦੀਆਂ ਹਨ, ਚੱਕਰ ਝੁੰਡੇ ਵਾਂਗ ਘੁੰਮਦੀਆਂ ਹਨ। ਹਾ ਹਾ ਖੱਖੜੀਆਂ ਡੈਸ਼ ਖਾ, ਖਾਂਦੀ ਖਾਂਦੀ ਕਾਬਲ ਜਾ। ਆਹੇ ਦਾ ਉੱਤਰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਹੈ। ਖੱਖੜੀਆਂ ਡੈਸ਼ ਖਾ, ਖਾਂਦੀ ਖਾਂਦੀ ਕਾਬਲ ਜਾ, ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ। ਪ੍ਰਸ਼ਨ, ਕਿੱਕਲੀ ਵਿੱਚ ਕਿੰਨੀਆਂ ਕੁੜੀਆਂ ਜੁੱਟ ਬਣਾ ਕੇ ਨੱਚਦੀਆਂ ਹਨ? ਇਹ ਅਸੀਂ ਹੁਣੇ ਪੜ੍ਹਿਆ ਸੀ। ਇਸਦਾ ਉੱਤਰ ਆਵੇਗਾ ਦੋ ਕੁੜੀਆਂ। ਅਗਲਾ ਪ੍ਰਸ਼ਨ, ਕਿੱਕਲੀ ਦੇ ਇੱਕ ਗੀਤ ਵਿੱਚ ਭੈਣ ਆਪਣੇ ਭਰਾ ਨੂੰ ਕਿਹੜੀ ਗੱਲੋਂ ਰੋਕਦੀ ਹੈ? ਇਹ ਵੀ ਅਸੀਂ ਕੀਤਾ ਸੀ। ਇਸਦਾ ਉੱਤਰ ਆਵੇਗਾ ਟਾਲੀ ਵੱਢਣ ਤੋਂ ਰੋਕਦੀ ਹੈ। ਅਗਲਾ ਪ੍ਰਸ਼ਨ, ਕਿੱਕਲੀ ਪਾਠ ਵਿੱਚ ਆਏ ਕਿਸੇ ਦੋ ਰਿਸ਼ਤਿਆਂ ਦੇ ਨਾਂ ਲਿਖੋ। ਇਸ ਵਿੱਚ ਬਹੁਤ ਸਾਰੇ ਆਏ ਸੀ, ਤੁਸੀਂ ਕਿਸੇ ਵੀ ਦੋ ਰਿਸ਼ਤਿਆਂ ਦੇ ਨਾਂ ਲਿਖਦੇ ਹਨ। ਅਸੀਂ ਲਿਖਾਂਗੇ ਉੱਤਰ ਵੀਰ ਤੇ ਭਰਜਾਈ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਹਰਮਨ ਪਿਆਰਾ, ਚੱਕਰ ਝੁੰਡਾ, ਸ਼ਾਮਲਾਟ, ਟਾਲੀ, ਭੰਬੀਰੀ, ਇਹਨਾਂ ਸ਼ਬਦਾਂ ਦੇ ਨਾਲ ਵਾਕ ਬਣਾਉਣੇ ਹਨ। ਆਓ ਬਣਾਉਂਦੇ ਹਾਂ। ਨੰਬਰ ਇੱਕ, ਸਿਮਰਨ ਸਕੂਲ ਵਿੱਚ ਸਭ ਤੋਂ ਹਰਮਨ ਪਿਆਰਾ ਵਿਦਿਆਰਥੀ ਹੈ। ਸੋ ਇਹ ਬਣ ਗਿਆ ਹਰਮਨ ਪਿਆਰਾ। ਨੰਬਰ ਦੋ, ਕੁੜੀਆਂ ਕਿੱਕਲੀ ਪਾਉਣ ਸਮੇਂ ਚੱਕਰ ਝੁੰਡੇ ਵਾਂਗ ਘੁੰਮਦੀਆਂ ਹਨ। ਸੋ ਚੱਕਰ ਝੁੰਡਾ ਆ ਗਿਆ ਇਸ ਵਿੱਚ। ਨੰਬਰ ਤਿੰਨ, ਸਾਡੇ ਪਿੰਡ ਹਾਕੀ ਦਾ ਮੈਦਾਨ ਪਿੰਡ ਦੀ ਸ਼ਾਮਲਾਟ ਜ਼ਮੀਨ ਤੇ ਬਣਿਆ ਹੈ। ਸੋ ਇਸ ਵਿੱਚ ਆ ਗਿਆ ਸ਼ਾਮਲਾਟ। ਨੰਬਰ ਚਾਰ, ਟਾਲੀ ਦੀ ਛਾਂ ਬਹੁਤ ਸੰਘਣੀ ਅਤੇ ਠੰਡੀ ਹੁੰਦੀ ਹੈ। ਇਸ ਵਿੱਚ ਆ ਗਿਆ ਟਾਲੀ। ਤੇ ਨੰਬਰ ਪੰਜ, ਲਾਟੂ ਜਦੋਂ ਚੱਲਦਾ ਹੈ ਤਾਂ ਭੰਭੀਰੀ ਵਾਂਗ ਗੋਲ ਗੋਲ ਘੁੰਮਦਾ ਹੈ। ਸੋ ਇਸ ਵਿੱਚ ਆ ਗਿਆ ਸ਼ਬਦ ਭੰਭੀਰੀ। ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖੋ। ਸੋ ਹੇਠਾਂ ਕੁਝ ਪੰਜਾਬੀ ਦੇ ਸ਼ਬਦ ਦਿੱਤੇ ਗਏ ਹਨ, ਇਹਨਾਂ ਨੂੰ ਹੁਣ ਅਸੀਂ ਹਿੰਦੀ ਜਾਂ ਦੇਵਨਾਗਰੀ ਵਿੱਚ ਲਿਖਾਂਗੇ। ਸਭ ਤੋਂ ਪਹਿਲਾਂ ਹੈ ਪੰਜਾਬ, ਪੰਜਾਬ ਦਾ ਪੰਜਾਬ ਹੀ ਆਵੇਗਾ। ਫਿਰ ਹੈ ਹੱਥ, ਹੱਥ ਦਾ ਆਵੇਗਾ ਹਾਥ। ਫਿਰ ਹੈ ਪੱਗ, ਪੱਗ ਦਾ ਆਵੇਗਾ ਪਗੜੀ। ਇਸੇ ਤਰ੍ਹਾਂ ਬਹਿੰਦਾ, ਇਸਦਾ ਆਵੇਗਾ ਬੈਠਦਾ। ਸਿੰਘ, ਇਸਦਾ ਆਵੇਗਾ ਸੀਂਗ। ਦੁਪੱਟਾ, ਇਸਦਾ ਦੁਪੱਟਾ ਹੀ ਆਵੇਗਾ। ਸੋ ਇਹ ਸੀ ਪਾਠ ਨੰਬਰ ਚਾਰ, ਪੰਜਵੀਂ ਕਲਾਸ ਦੀ ਪੰਜਾਬੀ ਪੁਸਤਕ ਤੋਂ ਕਿੱਕਲੀ। ਉਮੀਦ ਹੈ ਆਪ ਨੂੰ ਪਾਠ ਅਤੇ ਪਾਠ ਨਾਲ ਜੁੜੇ ਹੋਏ ਸਾਰੇ ਪ੍ਰਸ਼ਨ ਉੱਤਰਾਂ ਬਾਰੇ ਸਮਝ ਚੰਗੀ ਤਰ੍ਹਾਂ ਆ ਗਈ ਹੋਵੇਗੀ। ਅੱਜ ਲਈ ਇੰਨਾ ਹੀ, ਧੰਨਵਾਦ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ।